ਜਿਹੜੇ ਸਿੱਖ ਵਿਰੋਧੀ ਹੋਣਗੇ ਹਕੂਮਤ ਉਹਨਾਂ ਨੂੰ ਸ਼ੈ ਵੀ ਦਊਗੀ, ਸਿਕਿਉਰਿਟੀ ਵੀ ਦਊਗੀ, ਉਹਨਾਂ ਨੂੰ ਜੇਲ੍ਹਾਂ 'ਚ ਪਰੋਲ ਵੀ, ਜੇਲ੍ਹਾਂ ਦੇ ਅੰਦਰ ਵੀ ਸਹੂਲਤਾਂ ਦਊਗੀ। ਜਿਹੜੇ ਸਿੱਖ ਹੱਕਾਂ ਦੀ ਗੱਲ ਕਰਨ ਵਾਲੇ, ਉਹਨਾਂ ਦਾ ਇਲਾਜ ਨਹੀਂ ਹੁੰਦਾ, ਉਹਨਾਂ ਦੀਆਂ ਮਾਵਾਂ ਮਰ ਜਾਣ, ਉਹਨਾਂ ਨੂੰ ਭੋਗਾਂ ਤੇ ਸੰਸਕਾਰਾਂ ਤੇ ਆਉਣ ਨਹੀਂ ਦਿੱਤਾ ਜਾਂਦਾ। ਸਿੱਖ ਕੈਦੀਆਂ ਨਾਲ ਇਹ ਵਤੀਰਾ ਕੀਤਾ ਜਾਂਦਾ। ਅਕਾਲੀ ਦਲ ਬਾਦਲ ਇਹ ਸੋਚ ਰਿਹਾ ਵੀ ਬੰਦੀ ਸਿੰਘਾਂ ਦਾ ਮੁੱਦਾ ਠਾ ਕੇ ਤੇ ਪੰਥ 'ਚ ਪ੍ਰਵਾਨ ਹੋ ਜਾਣਗੇ, ਇਹ ਕੰਮ ਨਹੀਂ ਹੋਣਾ। ਉਹਨਾਂ ਨੂੰ ਬੰਦੀ ਸਿੰਘਾਂ ਲਈ ਸੰਘਰਸ਼ ਕਰਨਾ ਚਾਹੀਦਾ, ਹਰ ਸਿੱਖ ਦਾ ਫਰਜ਼ ਹੈ ਸੰਘਰਸ਼ ਕਰਨਾ, ਪਰ ਉਹਨਾਂ ਨੂੰ ਇਹ 'ਚ ਰਾਜਨੀਤੀ ਨਹੀਂ ਵੇਖਣੀ ਚਾਹੀਦੀ। ਰਾਜਨੀਤੀ ਉਹਨਾਂ ਦੇ ਹਿੱਸੇ ਨਹੀਂ ਆਉਣੀ, ਇਹ ਲਿਖਾ ਕੇ ਲੈ ਲਓ। ਗੁਲਾਮਾਂ ਦੀ ਇੱਕ ਆਦਤ ਹੁੰਦੀ ਆ ਵੀ ਜਦੋਂ ਗੁਲਾਮਾਂ ਨੂੰ ਨੀਂਦ 'ਚ ਉਠਾਇਆ ਜਾਂਦਾ ਉਹ ਆਪਣੇ ਬੰਦੇ ਦਾ ਵਿਰੋਧ ਕਰਦੇ ਹਨ। ਸੁੱਤਿਆਂ ਨੂੰ ਉਠਾਓ ਕਿ ਸੁੱਤਾ ਬੰਦਾ ਉੱਠ ਕੇ ਕਿੱਦਾਂ ਗੜ ਪੈਂਦਾ, ਤੇ ਇਸ ਕਰਕੇ ਜਿਹੜੇ ਵਿਰੋਧ ਕਰਨ ਵਾਲੇ ਨੇ ਉਹਨਾਂ ਨੂੰ ਗੁਲਾਮੀ ਦੀ ਆਦਤ ਪੈ ਗਈ ਹੈ। ਬਹੁਤੇ ਤੇ ਗੁਲਾਮੀ ਦੇ ਵਿੱਚ ਆਪਣੀ ਜਗ੍ਹਾ ਲੱਭ ਕੇ ਬਹਿ ਗਏ ਨੇ, ਸੋ ਇਸ ਕਰਕੇ ਉਹਨਾਂ ਨੇ ਸਾਡਾ ਵਿਰੋਧ ਕਰਨਾ ਉਹਨਾਂ ਦਾ ਫਰਜ਼ ਹੈ, ਧਰਮ ਹੈ ਉਹਨਾਂ ਦਾ। ਉਹ ਬੰਦੇ ਏਜੰਸੀਆਂ ਦੇ ਹੁੰਦੇ ਆ ਜਿਹੜੇ ਬੰਦੇ ਸਿੱਖਾਂ ਦੇ ਹੱਕਾਂ ਦੀ ਗੱਲ ਕਰਨ ਵਾਲੇ ਦੇ ਉਲਟ ਬੋਲਣ। ਹੁਣ ਏਜੰਸੀਆਂ ਤੁਸੀਂ ਦੱਸੋ, ਜਿਹੜੀਆਂ ਆਪਾਂ ਮੰਨਦੇ ਵੀ ਸਿੱਖ ਵਿਰੋਧੀ ਆ, ਉਹ ਸਿੱਖਾਂ ਦੀ ਹੱਕਾਂ ਦੀ ਗੱਲ ਕਰਨ ਵਾਲੇ ਬੰਦੇ ਨੂੰ ਕਿਉਂ ਮੈਦਾਨ 'ਚ ਉਤਾਰਨਗੀਆਂ? ਇਹ ਤੇ ਵੈਸੇ ਕਾਮਨ ਸੈਂਸ ਦਾ ਮਸਲਾ ਹੈ, ਕਈਆਂ ਨੂੰ ਕਾਮਨ ਸੈਂਸ ਨਹੀਂ ਹੁੰਦੀ, ਉਹ ਇਹੋ ਜਿਹੇ ਸਵਾਲ ਕਰ ਲੈਂਦੇ। ਬੜੇ ਕੌਮ ਦੇ ਜਿਹੜੇ ਐਸੇ ਬੰਦੇ ਨੇ ਜਿਹੜੇ ਕੌਮ ਦੇ ਵਿੱਚ ਕੁਰਸੀਆਂ ਤੇ ਸਵਾਰ ਹੋ ਕੇ ਬੈਠੇ ਨੇ, ਲੰਮਾ ਸਮਾਂ ਹੋ ਗਿਆ ਜਿਹਨਾਂ ਕੌਮ ਨੂੰ ਆਪਣੀ ਜਗੀਰ ਸਮਝਿਆ, ਜਿਹੜੇ ਸਮਝਦੇ ਨੇ ਵੀ ਕੌਮ ਉਹਨਾਂ ਦੀ ਕੋਈ ਪ੍ਰੋਪਰਟੀ ਹੈ, ਕੋਈ ਜਦਾਦ ਹੈ, ਜਿੱਥੇ ਜੀ ਕਰਦਾ ਵਰਤ ਲੈਣ, ਜਿੱਥੇ ਜੀ ਕਰਦਾ ਕਿਸੇ ਨੂੰ ਦੇ ਦੇਣ, ਉਹਨਾਂ ਬੰਦਿਆਂ ਨੂੰ ਬੜਾ ਇਤਰਾਜ਼ ਹੋਇਆ ਵੀ ਇੱਕ ਕੱਲ੍ਹ ਦਾ ਜਵਾਨ ਆਇਆ, ਉਹ ਕੱਲ੍ਹ ਦਾ ਜਵਾਕ ਕਹਿੰਦੇ ਨੇ ਵੀ ਉਹਨੇ ਆਉਂਦਿਆਂ ਸਿਰ ਦੇਣ ਦੀ ਗੱਲ ਕੀਤੀ ਹੈ। ਪਹਿਲੀ ਤਾਂ ਗੱਲ ਇਹ ਹੈ ਵੀ ਸ਼ਾਇਦ ਇਹਨਾਂ ਨੇ ਅੰਮ੍ਰਿਤ ਦੀ ਪਰਿਭਾਸ਼ਾ ਨਹੀਂ ਪੜ੍ਹੀ, ਸ਼ਾਇਦ ਇਹਨਾਂ ਨੂੰ ਇਹ ਨਹੀਂ ਪਤਾ ਖੰਡੇ ਬਾਟੇ ਦੀ ਬਾਹੁਲ ਦੀ ਪਰਿਭਾਸ਼ਾ ਕੀ ਹੈ। ਮਹਾਰਾਜ ਨੇ ਕਿਹਾ, ਜੋ ਤੋ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੇਰੀ ਆਓ। ਹੁਣ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਹਾ ਵੀ ਜਿਹਨੂੰ ਪ੍ਰੇਮ ਦੀ ਖੇਡ ਖੇਡਣ ਦਾ ਚਾਅ ਆ, ਉਹ ਸੀਸ ਤਲੀ ਦਾ ਧਰ ਕੇ ਮੇਰੀ ਗਲੀ 'ਚ ਆਓ। ਮੇਰੀ ਵੀ ਇਨਕੁਆਇਰੀ ਕਰ ਲੈਣ ਤੇ ਨਾਲ ਉਹਨਾਂ ਦੇ ਵੀ ਕਰਨ ਜਿਨ੍ਹਾਂ ਨੇ ਬੇਅਦਬੀ ਕਰਾਈ ਹੈ, ਉਹਨਾਂ ਦੇ ਵੀ ਕਰਨ ਜਿਨ੍ਹਾਂ ਨੇ ਮੌੜ ਦਾ ਬੰਬ ਧਮਾਕਾ ਕਰਾਇਆ ਸੀ, ਉਹਦੀ ਇਨਕੁਆਇਰੀ ਕਿੰਨੇ ਰੋਕੀ ਹੈ? ਹਕੂਮਤ ਨੂੰ ਪੁੱਛੋ ਜਦੋਂ ਤਾਰਾਂ ਜੁੜ ਗਈਆਂ, ਬੰਬ ਕਿੱਥੇ ਬਣਿਆ, ਕਾਰ ਕਿਹਦੀ ਵਰਤੀ ਗਈ ਹੈ, ਸਾਰਾ ਕੁਝ ਸਾਹਮਣੇ ਆ ਗਿਆ ਸੀ ਵੀ ਇਨਕੁਆਇਰੀ ਕਾਹਤੋਂ ਰੋਕੀ ਹੈ? ਜਿਹੜੀਆਂ ਇਨਕੁਆਇਰੀਆਂ ਉਹਨੂੰ ਕਿਹਾ, ਤੁਸੀਂ ਰੋਕੇ ਬੈਠੇ ਸੋ ਬੇਅਦਬੀਆਂ ਦੀਆਂ ਦੂਜੀ ਤੀਜੀਆਂ, ਸਿੱਖਾਂ ਦਾ ਕਤਲੇਆਮ ਹੋਇਆ, ਸਿੱਖ ਧੀਆਂ ਭੈਣਾਂ ਦੀ ਬੇਪਤੀ ਹੋਈ ਦਿੱਲੀ 'ਚ, ਉਹਦੀਆਂ ਇਨਕੁਆਇਰੀਆਂ ਕਿੰਨੇ ਕਰਾਈਆਂ ਨੇ, ਅਤੇ ਮੈਂ ਕੀ ਐਸਾ ਕੀਤਾ ਹੈ, ਕਿਹੜਾ ਮੈਂ ਇੱਥੇ ਮਤਲਬ ਧਮਾਕਾ ਕਰ ਦਿੱਤਾ ਜਿਹੜੀ ਇਨਕੁਆਇਰੀ ਕਰਾਉਣੀ ਹੈ? ਮੇਰੀ ਇਨਕੁਆਇਰੀ ਕਰਾ ਲਓ, ਪਰ ਹਕੂਮਤ ਨੂੰ ਇਹ ਚਾਹੀਦਾ ਹੈ ਵੀ ਜਦੋਂ ਇਨਕੁਆਇਰੀਆਂ ਦੀ ਗੱਲ ਚੱਲੀ ਹੈ ਤੇ ਪਹਿਲਾਂ ਉਹ ਇਨਕੁਆਇਰੀਆਂ ਕਰਾਈਏ ਜਿੱਦਾਂ ਕਰਕੇ ਮੈਨੂੰ ਬੋਲਣਾ ਪੈ ਰਿਹਾ। ਜੇ ਉਹ ਇਨਕੁਆਇਰੀਆਂ ਟਾਈਮ ਤੇ ਹੋਈਆਂ ਹੁੰਦੀਆਂ ਤੇ ਮੈਨੂੰ ਇਹ ਗੱਲਾਂ ਨਾ ਕਰਨੀਆਂ ਪੈਂਦੀਆਂ। ਦੇਖੋ, ਸਿਕਿਉਰਿਟੀ ਨਾ ਤੇ ਹਕੂਮਤ ਕੋਲ ਲਈ ਹੈ, ਅਸੀਂ ਕੋਈ ਸਰਕਾਰੀ ਸਾਧ ਨਹੀਂ ਹੈਗੇ ਵੀ ਸਰਕਾਰਾਂ ਸਾਨੂੰ ਸਿਕਿਉਰਿਟੀ ਦੇਣ। ਇਹ ਜਿਹੜੇ ਸਿੰਘ ਨੌਜਵਾਨ ਨਾਲ ਤੁਰੇ ਫਿਰਦੇ ਨੇ, ਇਹਨਾਂ 'ਚ ਵੀ ਪੰਥ ਦਾ ਜਜ਼ਬਾ ਹੈ। ਹੁਣ ਦੇਖੋ, ਗੱਲ ਪੰਥ ਦੀ ਕਰੀਏ ਤੇ ਆਪਣੀ ਸਵੈ ਰੱਖਿਆ ਤੇ ਕਰਨੀ ਪਊਗੀ, ਤੇ ਪਰ ਇਹ ਸਿਕਿਉਰਿਟੀ ਨਾ ਤੇ ਕਿਸੇ ਦਾ ਜ਼ੁਲਮ ਕਰਨ ਨੂੰ ਹੈ, ਨਾ ਤੇ ਇਹ ਤੁਹਾਡੇ ਸਾਹਮਣੇ ਤੁਸੀਂ ਲਾਗੇ ਤੁਰੇ ਫਿਰਦੇ ਜੋ, ਸਿਕਿਉਰਿਟੀ ਨੇ ਤੁਹਾਨੂੰ ਕੀ ਕਿਹਾ? ਸੋ ਇਸ ਕਰਕੇ ਇਹ ਬਾਣੇ ਵਾਲੇ ਸਿੰਘ ਹੈ ਤੇ ਬਾਣਾ ਸੰਤਾਂ ਨੇ ਪਾਇਆ, ਸੰਤਾਂ ਤੋਂ ਪਹਿਲਾਂ ਵੀ ਪੈਂਦਾ ਸੀ, ਬਾਅਦ 'ਚ ਵੀ ਪਾਉਂਦੇ ਆਏ ਆ, ਹੈਂ। ਹੁਣ ਕਿੰਨੇ ਲੋਕ ਇਹ ਬਾਣਾ ਪਾ ਰਹੇ ਸਾਰੀਆਂ ਟਕਸਾਲਾਂ ਵਾਲੇ, ਇਤਰਾਜ਼ ਮੇਰੇ ਪਾਉਣ ਤੇ ਕਿਉਂ ਕੀਤਾ ਜਾ ਰਿਹਾ? ਮੈਂ ਬਾਣਾ ਗੁਰੂ ਦਾ ਪਾਇਆ, ਗੁਰੂ ਵੱਲੋਂ ਬਖਸ਼ਿਆ, ਗੁਰੂ ਵੱਲੋਂ ਬਖਸ਼ਿਆ ਦਮਾਲਾ ਹੈ, ਗੁਰੂ ਵੱਲੋਂ ਬਖਸ਼ੇ ਸ਼ਾਸਤਰ ਪਾਏ ਨੇ, ਮੇਰੇ ਪਾਉਣ ਤੇ ਕਿਉਂ ਇਤਰਾਜ਼ ਹੈ? ਕਿਉਂਕਿ ਮੈਂ ਇਹ ਗੱਲ ਕਹੀ ਆ ਵੀ ਬਾਣਾ ਪਾ ਕੇ ਹਰਾਮ ਨਹੀਂ ਕਰੀਦਾ, ਬਾਣਾ ਪਾ ਕੇ ਪੰਥ ਦੇ ਹੱਕਾਂ ਦੀ ਗੱਲ ਕਰੀਦੀ ਹੈ, ਤੇ ਐਵੇਂ ਲੋਕੀ ਕੰਪੇਅਰ ਕਰੀ ਜਾਣ। ਅਸੀਂ ਉਹਨਾਂ ਨੂੰ ਆਪਣਾ ਆਦਰਸ਼ ਮੰਨਦੇ ਹਾਂ ਤੇ ਉਹਨਾਂ ਨਾਲ ਬਰਾਬਰੀ ਕਰਨ ਬਾਰੇ ਸੋਚਦੇ ਨਹੀਂ, ਉਹਨਾਂ ਦੀਆਂ ਪੈੜਾਂ ਤੇ ਜ਼ਰੂਰ ਚੱਲ ਰਹੇ ਹਾਂ। ਉਹ ਹਰ ਸਿੱਖ ਦਾ ਫਰਜ਼ ਬਣਦਾ ਹੈ, 20ਵੀਂ ਸਦੀ ਦੇ ਮਹਾਨ ਸਿੱਖ ਨੇ, ਤੇ 20ਵੀਂ ਸਦੀ ਦੇ ਮਹਾਨ ਸਿੱਖ ਵਰਗਾ ਕੌਣ ਨਹੀਂ ਬਣਨਾ ਚਾਹੁੰਦਾ, ਹੈ? ਨਕਲ ਕਰਨਾ ਹੋਰ ਗੱਲ ਹੁੰਦੀ ਹੈ, ਕਿਸੇ ਦੀਆਂ ਪੈੜਾਂ ਤੇ ਚੱਲਣਾ ਹੋਰ ਗੱਲ। ਮੁਸਲਮਾਨ ਜੇ ਕੈਨੇਡਾ 'ਚ ਗਏ, ਅਮਰੀਕਾ 'ਚ ਗਏ, ਉਹਨਾਂ ਬੀਬੀਆਂ ਨੇ ਆਪਣਾ ਪਹਿਰਾਵਾ ਕਾਇਮ ਕੀਤਾ, ਸੰਘਰਸ਼ ਕੀਤਾ, ਪਹਿਰਾਵਾ ਕਾਇਮ ਰੱਖਿਆ। ਸਾਡੀਆਂ ਧੀਆਂ ਭੈਣਾਂ ਇੱਥੇ ਏਅਰਪੋਰਟ ਤੋਂ ਹੀ ਮਤਲਬ ਆਪਣਾ ਪਹਿਰਾਵਾ ਛੱਡ ਕੇ ਤੁਰ ਪੈਂਦੀਆਂ ਨੇ। ਗੁਲਾਮੀ ਇੰਨੀ ਗਹਿਰੀ ਹੈ, ਜੇ ਅਸੀਂ ਨਾ ਜਾਗੇ ਤੇ ਸਾਡੇ ਸਿਰ ਦੇ ਵਿੱਚ ਜੁੱਤੀਆਂ ਮਾਰਨਗੇ, ਤੇ ਮਾਰਨਗੇ ਕੌਣ? ਜਿਨ੍ਹਾਂ ਨੂੰ ਅਸੀਂ ਦਿਹਾੜੀ ਦੇ ਲਿਆਉਂਦੇ ਸੀ ਸਟੇਸ਼ਨਾਂ ਤੋਂ ਫੜ ਫੜ ਕੇ, ਜਿਹੜੀ ਗਲਤੀ ਪੁਰਖੇ ਕਰ ਲੈਣ ਤੇ ਜਿਹੜੀ ਗਲਤੀ ਕਰਕੇ ਪੁਰਖਿਆਂ ਨੂੰ ਮਿਹਣੇ ਵੱਜ ਡਏ ਹੋਣ, ਉਹ ਗਲਤੀ ਅਸੀਂ ਦੁਹਰਾਉਣੀ ਨਹੀਂ। ਇਹ ਪੰਜਾਬ ਦੇ ਹੱਕਾਂ ਦੀ ਫਿਰ ਸੰਘਰਸ਼ ਹੈ। ਅਸੀਂ ਹੁਣ ਮੰਗ ਰੱਖੀ
ਵੀ ਪੰਜਾਬ ਦੇ ਵਿੱਚ ਕੋਈ ਗੈਰ ਪੰਜਾਬੀ ਜ਼ਮੀਨ ਨਾ ਖਰੀਦ ਸਕੇ। ਇਹ ਨਹੀਂ ਕਿਹਾ ਵੀ ਕੋਈ ਗੈਰ ਸਿੱਖ ਨਾਲ ਜ਼ਮੀਨ ਖਰੀਦ ਸਕੇ, ਇਹ ਕਿਹਾ ਵੀ ਕੋਈ ਗੈਰ ਪੰਜਾਬੀ ਨਾਲ ਜ਼ਮੀਨ ਖਰੀਦ ਸਕੇ। ਤੇ ਜੇ ਸਾਰੇ ਪੰਜਾਬੀ ਕਹਿੰਦੇ ਵੀ ਅਸੀਂ ਪੰਜਾਬ ਲਈ ਫਿਕਰਮੰਦ ਹਾਂ ਤੇ ਸਾਰਿਆਂ ਨੂੰ ਇਸ ਮੰਗ ਤੇ ਖੜੇ ਹੋਣਾ ਚਾਹੀਦਾ। ਜੇ ਅਸੀਂ ਕਿਹਾ ਵੀ ਪੰਜਾਬ ਦੇ ਵਿੱਚ ਨੌਕਰੀਆਂ 95% ਰਾਖਵਾਂ ਕੋਟਾ ਕਰਕੇ ਕੇਵਲ ਪੰਜਾਬੀਆਂ ਨੂੰ ਮਿਲਣ, ਤੇ ਇਹਦੇ ਵਿੱਚ ਇਹ ਇਕੱਲੀ ਸਿੱਖਾਂ ਦੀ ਮੰਗ ਕਿਵੇਂ ਆ?